सबसक्राइब करो निडर आवाज टीवी नू ते ताजा वीडियोस पाउन लई बैल दा बटन दबाओ। देश दी राखी करदे शहीद होए फौजियां दी अंतिम विदाईगी वेले सरकार वालों कीते जांदे ऐलानां नू पूरे ना करन ते साबका फौजियां च पाया जा रहा है भारी रोस। देश कौम दी राखी करदे इंडियन आर्मी विच अपनियां सेवावां निभा चुके साबका फौजियां अते देश कौम लई शहीद होए फौजियां नू उन्हां दा बनदा अधिकार ना मिलन दे रोस वजों मीडिया दे सामने आए साबका फौजी सरवण सिंह संधू ने दस्या कि ओ 1971 दी जंग विच अपनियां सेवावां निभा चुके हन अते कई मिशन उन्हां वल्लों फतेह कीते गए सन। उन्हां ने हमेशा ही अपनी ड्यूटी नूं बड़ी ईमानदारी नाल निभाया है अते ओ हुण वी बतौर जीओ जी अपनी ड्यूटी निभा रहे हन। उन्हां ने अपना रोस जाहिर करदे होए कहा कि जद देश हितां दी राखी करदे होए फौज दा जवान बार्डर जां किते होर अतवादी हमले विच शहीद हो जांदा है तां उन्हां दे अंतिम विदाईगी मौके सरकारां वल्लों वड्डे वड्डे ऐलान कीते जांदे हन परंतु असल जमीनी हकीकत यह है कि उन्हां शहीद होए फौजियां दे परिवारां नूं इंडियन आर्मी तों बिना कोई सरकार अते ना ही कोई पिंड दा नुमाइंदा पुछदा है। उन्हां कहा कि उस टाइम ते सरकारां वल्लों ऐलान तां कर दित्ते जांदे हन लेकिन शहीद दे पिंड विच ना तां कोई यादगारी बनती है अते ना ही कुछ होर जिस नाल उस शहीद होए फौजी दी शहादत बारे पिंड दे लोक जां किसे होर पिंड दे लोक जाणू रह सकन। सरवण सिंह ने कहा कि शहीद होए फौजियां दे परिवार नाल सरकार अते पिंड वासियां नू हमेशा ही अपना सहयोग बना के रखना चाहिदा है तां जो उस परिवार नू इह माण महसूस हो सके। ना भाई दा मेरा नाम जी सरवण सिंह संधू साबका वाइस प्रधान इंडियन एक्स सर्विस नजदीक भिखी पिंड। ਕੀ ਤੁਸੀਂ ਆਪਦਾ ਰੋਸ ਜ਼ਾਹਰ ਕਰ ਰਹੇ ਇੰਡੀਅਨ ਆਰਮੀ ਪ੍ਰਤੀ ਅਤੇ ਸਰਕਾਰ ਪ੍ਰਤੀ? ਮੇਰਾ ਰੋਸ ਇਹ ਹੈ ਜੀ ਵੀ ਅਸੀਂ ਦੁਸ਼ਮਣ ਦੇ ਨਾਲ ਲੜਦੇ ਹੋਏ ਜਿਹੜੇ ਆ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਅਤੇ ਉਹ ਦੇਸ਼ ਕੌਮ ਲਈ ਸ਼ਹੀਦ ਹੁੰਦੇ ਨੇ ਪਰ ਜਦੋਂ ਉਹ ਸ਼ਹੀਦ ਹੋ ਜਾਂਦੇ ਨੇ ਅਤੇ ਉਦੋਂ ਵਿਖਾਵੇ ਵਾਸਤੇ ਸਰਕਾਰ ਬਹੁਤ ਕੁਛ ਕਰਦੀ ਆ ਪਰ ਬਾਹਰ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਪੂਰਿਆਂ ਨਹੀਂ ਕਰਦੀ। ਇਸ ਕਰਕੇ ਮੇਰੀ ਇਹ ਸਰਕਾਰ ਨੂੰ ਬੇਨਤੀ ਆ ਕਿ ਜੋ ਕੁਛ ਵੀ ਉਸ ਦੇ ਟਾਈਮ ਦੇ ਉੱਤੇ ਅਨਾਊਂਸਮੈਂਟ ਕਰਦੀ ਆ ਜਾਂ ਜੋ ਕੁਛ ਵੀ ਕਹਿੰਦੀ ਆ ਉਹਦਾ ਪੂਰਾ ਕੀਤਾ ਜਾਵੇ। ਫਿਰ ਉਸ ਤੋਂ ਬਾਅਦ ਕਿਤੇ ਸਾਲ 6 ਮਹੀਨੇ 3 ਮਹੀਨੇ ਕਦੀ ਨਾ ਕਦੀ ਜਿਹੜਾ ਵਾ ਉਸ ਘਰ ਪਰਿਵਾਰ ਦੀ ਸਾਰ ਲਈ ਜਾਵੇ ਜਾਂ ਉੱਥੋਂ ਦੇ ਕਿਸੇ ਪਿੰਡ ਦੇ ਜਿਹੜੇ ਆ ਪੰਚਾਇਤ ਆ ਉਹਨਾਂ ਦੀ ਡਿਊਟੀ ਲਾ ਦਿੱਤੀ ਜਾਵੇ। ਲਓ ਜੀ ਇਹ ਸਾਡੇ ਦੇਸ਼ ਦੇ ਜਿਹੜੇ ਨੇ ਸ਼ਹੀਦ ਨੇ ਅਤੇ ਇਹਨਾਂ ਦੇ ਪਰਿਵਾਰ ਦਾ ਤੁਸੀਂ ਪਤਾ ਸੁਣ ਲੈਂਦੇ ਜਾਓ। ਪਰ ਮੈਂ ਇੱਕ ਸਾਬਕਾ ਵਾਈਸ ਪ੍ਰਧਾਨ ਹੋਣ ਦੇ ਨਾਤੇ ਮੇਰਾ ਆਮ ਜਿਹੜਾ ਹੈਗਾ ਵਾ ਉਹ ਜੰਗੀ ਵਿਧਵਾਵਾਂ ਦੇ ਨਾਲ ਅਤੇ ਸਾਬਕਾ ਫੌਜੀਆਂ ਦੇ ਨਾਲ ਹਰ ਰੈਲੀਆਂ ਦੇ ਵਿੱਚ ਜਿਹੜਾ ਵਾ ਮੇਲ ਮਿਲਾਪ ਹੁੰਦਾ ਰਹਿੰਦਾ ਵਾ ਪਰ ਕਹਿਣੀ ਅਤੇ ਕਥਣੀ ਦੇ ਵਿੱਚ ਬਹੁਤ ਫਰਕ ਆ। ਕਿਹਾ ਬਹੁਤ ਕੁਛ ਜਾਂਦਾ ਪਰ ਉਹਦੇ ਉੱਤੇ ਪੂਰਾ ਨਹੀਂ ਉਤਰਿਆ ਜਾਂਦਾ। ਵੇਖਿਆ ਜਾਂਦਾ ਕਿ ਜਦੋਂ ਵੀ ਕੋਈ ਦੁਰਘਟਨਾ ਵਾਪਰਦੀ ਹੈ ਜਾਂ ਕੋਈ ਫੌਜੀ ਜਵਾਨ ਸ਼ਹੀਦ ਹੁੰਦਾ ਉੱਥੇ ਅਨਾਊਂਸਮੈਂਟ ਕੀਤੇ ਜਾਂਦੇ ਆ ਕਿ ਇਸ ਦੇ ਨਾਂ ਦੇ ਪਿੰਡ ਵਿੱਚ ਆਹ ਯਾਦਗਾਰ ਬਣੇਗੀ ਪਰ ਬਣਦੀ ਨਹੀਂ ਜੇ ਕਿਤੇ ਬਣੀ ਆ ਉੱਥੇ ਸਾਫ਼ ਸਫਾਈ ਨਹੀਂ ਰੱਖੀ ਜਾਂਦੀ ਕੀ ਮੌਕੇ? ਇਹਦਾ ਇਹ ਆ ਜੀ ਵੀ ਜਿਹੜੇ ਇਹ ਲੋਕ ਨੇ ਇਹ ਸਿਰਫ ਉਸ ਟਾਈਮ 'ਤੇ ਵਿਖਾਵੇ ਦੇ ਤੌਰ ਦੇ ਉੱਤੇ ਤਾਂ ਬਹੁਤ ਪਹੁੰਚ ਜਾਂਦੇ ਨੇ ਅਤੇ ਹਰ ਕੋਈ ਚਾਹੁੰਦਾ ਵਾ ਵੀ ਬਸ ਉੱਥੇ ਮੈਂ ਵੀ ਹਾਜ਼ਰੀ ਲਵਾਈ ਆ ਅਤੇ ਮੈਂ ਵੀ ਹਾਜ਼ਰੀ ਲਵਾਈ ਆ ਅਤੇ ਇਹ ਸਿਰਫ ਇੱਕ ਵਿਖਾਵਾ ਹੈ। ਬਾਕੀ ਜਿਹੜਾ ਹੈਗਾ ਵਾ ਇਹ ਕਰਦੇ ਪ੍ਰੈਕਟੀਕਲੀ ਔਨ ਗਰਾਊਂਡ ਕੁਛ ਨਹੀਂ ਕਰਦੇ। ਫਿਰ ਉਸ ਘਰ ਨੂੰ ਕੁਝ ਆ ਕੇ ਪੁੱਛਦਾ ਹੀ ਨਹੀਂ ਵੀ ਤੈਨੂੰ ਕੀ ਦੁੱਖ ਤਕਲੀਫ ਆ ਅਤੇ ਤੈਨੂੰ ਕੀ ਨਹੀਂ ਆ। ਹਾਂ ਇਹ ਜ਼ਰੂਰ ਹੈਗਾ ਕਿ ਜੋ ਚੀਜ਼ ਮੈਂ ਵੇਖਣਾ ਵਾ ਸਾਡੇ ਜਿਹੜੇ ਉਹਦੇ ਨਾਲ ਕੀ ਆ ਫੌਜ ਵੱਲੋਂ ਜੋ ਵੀ ਸਹੂਲਤਾਂ ਆਉਂਦੀਆਂ ਨੇ ਜਾਂ ਜਿੰਨਾ ਵੀ ਫੌਜ ਵਾਲਿਆਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਨੇ ਉਹ ਜ਼ਰੂਰ ਇੱਥੇ ਪਿੰਡਾਂ ਵਿੱਚ ਆਉਂਦੇ ਆ ਪਰ ਉਹਨਾਂ ਨੂੰ ਵੀ ਜੇ ਮੈਂਬਰ ਸਰਪੰਚਾਂ ਨੇ ਸਹਿਯੋਗ ਦੇਣ ਦੀ ਬਜਾਏ ਉਹ ਹਮੇਸ਼ਾ ਹੀ ਜਿਹੜੇ ਸਾਡੇ ਇੱਥੇ ਪ੍ਰਧਾਨ ਨੇ ਜਾਂ ਸਾਬਕਾ ਫੌਜੀ ਨੇ ਉਹ ਉਹਨਾਂ ਦੇ ਨਾਲ ਤੁਰਦੇ ਆ। ਮੈਂ ਕਦੀ ਨਹੀਂ ਵੇਖਿਆ ਕਿ ਕੋਈ ਜਾ ਕੇ ਅਤੇ ਉਹਨਾਂ ਦੇ ਨਾਲ ਹੋਰ ਕੋਈ ਮੋਹਤਬਰ ਬੰਦਾ ਜਾਂ ਸਰਪੰਚ ਮੈਂਬਰ ਕੋਈ ਜਾ ਕੇ ਅਤੇ ਉਹਨਾਂ ਦੇ ਜਾ ਕੇ ਪੁੱਛਗਿੱਛ ਕਰੇ। ਕੀ ਮੰਗ ਹੈ ਤੁਹਾਡੀ ਸਰਕਾਰ? ਮੰਗ ਇਹ ਆ ਵੀ ਪਰਮਾਤਮਾ ਨਾ ਕਰੇ ਕਿ ਕਿਸੇ ਦੇ ਨਾਲ ਕਿਸੇ ਦੇ ਉੱਤੇ ਇਹੋ ਜਿਹੀ ਮੁਸੀਬਤ ਬਣੇ ਪਰ ਜੇ ਕੋਈ
जंग दे विच शहीद हो जाता है या बॉर्डर दे उत्ते शहीद हो जाता है तो सरकार नूं चाहीदा है कि उहदी पूरी पूरी जिहड़ी हैगी है मदद की जाए तो जो सहूलतां दित्तियां जाण उहनां सहूलतां नूं पूरा किया जाए कि जिहदे नाल उहदा परिवार जिहड़ा वा उहनूं महसूस ना होवे उहनूं कोई घाट महसूस ना होवे। सबसक्राइब करो लीडर आवाज़ टीवी नूं ते ताज़ा वीडियोज़ पाउण लई बैल दा बटन दबाओ।